ਹਾਂਜੀ ਸਰ, ਇਹ ਜਿਹੜਾ ਸਵੇਰੇ ਇੱਕ ਸੜਕੀ ਹਾਦਸਾ ਹੋਇਆ ਆ, ਪਤਾ ਲੱਗਾ ਕਿ 2 ਨੌਜਵਾਨਾਂ ਦੀ ਮੌਤ ਹੋ ਗਈ ਆ। ਇਹ ਹਾਦਸਾ ਹੋਇਆ ਕਿਸ ਤਰ੍ਹਾਂ ਜੀ? ਅਸੀਂ ਰੋਡ 'ਤੇ ਗਸ਼ਤ ਕਰਦੇ ਆ ਰਹੇ ਸੀ, ਇਹ ਗੱਡੀ ਜਿਹੜੀ ਆ ਰੋਡ 'ਤੇ ਖੜ੍ਹੀ ਸੀ, ਇਹਦੇ 2 ਬੰਦੇ ਜਿਹੜੇ ਬਾਹਰ ਖੜ੍ਹੇ ਸੀਗੇ, ਪਿੱਛੋਂ ਇੱਕ ਗੱਡੀ ਆਈ ਆ, ਉਹ ਜਲੰਧਰ ਤੋਂ ਹੁਸ਼ਿਆਰਪੁਰ ਸਾਹਿਬ ਨੂੰ ਜਾਣੀ ਸੀ, ਉਹਨਾਂ ਨੇ ਸ਼ਰਾਬ ਪੀਤੀ 'ਚ ਰੱਖੇ ਸੀ, ਦਾਰੂ ਵਿੱਚ ਪਈ ਉਹਨਾਂ ਦੇ, ਉਹਨਾਂ ਨੇ ਸਾਈਡ ਮਾਰ ਕੇ 2 ਬੰਦਿਆਂ ਨੂੰ ਜਿਹੜਾ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਹੈ। ਇਹਨਾਂ ਨੂੰ ਫਿਰ ਰਿਕਵਰੀ ਵੈਨ ਉਹਦੇ ਰਾਹੀਂ ਐਂਬੂਲੈਂਸ ਰਾਹੀਂ ਫਿਰ ਇਹਨਾਂ ਨੂੰ ਜਲੰਧਰ ਭੇਜਿਆ ਗਿਆ, ਜਲੰਧਰ ਜਾ ਕੇ ਉਹਨਾਂ ਦੀ ਮੌਤ ਹੋ ਗਈ 2 ਮਿੰਟਾਂ ਨੂੰ। ਜਿਹੜੇ ਸੜਕੀ ਹਾਦਸੇ 'ਚ 2 ਨੌਜਵਾਨ ਮਾਰੇ ਗਏ ਆ, ਉਹ ਕਿੱਥੋਂ ਦੇ ਨੇ? ਇਹ ਸਰ ਪਿੰਡ ਇਹਨਾਂ ਨੂੰ ਫਤਿਹਗੜ੍ਹ ਚੁੱਕਿਆ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣਾ ਹੋਇਆ। ਕਿਹੜੀ ਗੱਡੀ ਸੀ ਇਹਨਾਂ ਦੇ ਕੋਲ? ਇਹ ਨਾ ਕੋ I-20 ਦੀ ਗੱਡੀ ਸੀ, ਅਤੇ ਅੰਮ੍ਰਿਤਸਰ ਤੋਂ ਜਾ ਰਹੇ ਸੀ, ਹੇਮਕੁੰਟ ਸਾਹਿਬ ਜਾ ਰਹੇ ਸੀ। ਇਹ ਰਸਤੇ ਦੇ ਵਿੱਚ ਖੜ੍ਹੇ ਸੀਗੇ? ਰਸਤੇ 'ਚ ਖੜ੍ਹ ਕੇ ਵੇਟ ਕਰ ਰਹੇ ਸੀ ਕਿਸੇ ਬੰਦੇ ਦੀ। ਇਹ ਪਿੱਛੋਂ ਆਏ, ਇਹਨਾਂ ਨੇ ਦਮ ਦਿੱਤੀ ਸੀ, ਇਹਨਾਂ ਨੇ ਸਾਈਡ ਮਾਰੀ ਬਾਹਰ ਖੜ੍ਹਿਆ ਨੂੰ, ਅਤੇ ਉਹਨਾਂ ਨੇ ਕਾਫੀ ਸੱਟਾਂ ਲੱਗੀਆਂ। ਇਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਜਲੰਧਰ ਭੇਜਿਆ ਗਿਆ, ਉੱਥੇ ਉਹਨਾਂ ਦੀ ਜਾਂਚ ਦੱਖ ਹੋ ਗਈ ਆ, ਅਤੇ ਕਾਰ ਵਾਲੇ ਜਿਹੜੇ ਉਹ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਉਹਨੂੰ ਅਰੈਸਟ ਕਰਕੇ ਥਾਣਾ ਸਦਰ ਫਗਵਾੜਾ ਭੇਜਿਆ ਗਿਆ। ਇਹ ਵਿਅਕਤੀ ਕਿੱਥੋਂ ਦੇ ਨੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ? ਇਹ ਸਰ ਹੁਸ਼ਿਆਰਪੁਰ ਦੇ ਰਹਿਣ ਵਾਲੇ। ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਬਣਦੀ ਕਾਰਵਾਈ ਇਹਨਾਂ 'ਤੇ ਜਿਹੜੀ ਉਹ ਸੀਨੀਅਰ ਅਫਸਰ ਕਰਨਗੇ, ਸਦਰ ਥਾਣਾ ਫਗਵਾੜਾ ਕਰਨਗੇ। ਥੈਂਕ ਯੂ।